ਸਤਿਗੁਰੂ ਸਿੱਖ ਕੋ ਨਾਮ ਧਨ ਦੇ, ਗੁਰੂ ਸਾਹਿਬ ਦਰਗਾਹੀ ਪ੍ਰਸ਼ਾਦ ਦਿੰਦੇ ਆ, ਉਦੋਂ ਸਿੱਖ ਵੱਡਿਆਂ ਭਾਗਾਂ ਵਾਲਾ ਬਣਦਾ ਏ। ਬੜੇ ਸਥਾਨ ਨੇ ਦੁਨੀਆਂ 'ਚ, ਬੜੇ ਗੁਰਦੁਆਰੇ ਨੇ, ਬੜੇ ਡੇਰੇ ਆ, ਮੰਦਰ ਏ, ਪਰ ਕਿਸੇ ਵੀ ਜਗ੍ਹਾ 'ਤੇ ਤੁਹਾਨੂੰ ਆ ਨਾਮ ਭਗਤੀ ਦੀਆਂ ਦਾਤਾਂ ਨਹੀਂ ਮਿਲਣਗੀਆਂ। ਦਰਗਾਹੀ ਪ੍ਰਸ਼ਾਦ, ਹੋਰ ਪ੍ਰਸ਼ਾਦ ਤਾਂ ਬੜੇ ਮਿਲਣਗੇ, ਲੱਡੂਆਂ ਦੇ, ਫੁੱਲੜੀਆਂ ਦੇ, ਕੇਲਿਆਂ ਦੇ, ਮਿਸ਼ਰੀ ਦੇ, ਪਰ ਆ ਦਰਗਾਹੀ ਪ੍ਰਸ਼ਾਦ ਗੁਰੂ ਨਾਨਕ ਦੇ ਘਰ 'ਚੋਂ ਹੀ ਮਿਲੇਗਾ। ਇਹ ਹੁਣ ਗੁਰੂ ਨਾਨਕ ਸਾਹਿਬ ਨਿਰੰਕਾਰ ਸਰੂਪ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਸਭ ਦੀ ਝੋਲੀ 'ਚ ਪਾਉਣਾ ਹੈ। ਇਹ ਤਾਂ ਅਸੀਂ ਤਾਂ ਡਿਊਟੀ ਕਰ ਰਹੇ ਹਾਂ ਨਾ। ਬਾਬਾ ਆਨੰਦ ਸਿੰਘ ਜੀ ਇਹ ਬਚਨ ਕਰਦੇ ਸੀ ਸੰਗਤਾਂ ਨੂੰ, ਗੁਰੂ ਕੇ ਪਿਆਰਿਓ ਗੁਰਮੁਖੋ, ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆ, ਤੁਹਾਡੇ ਕੋਲੋਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਅਸੀਂ ਕੋਈ ਨਹੀਂ ਮੰਗਦੇ, ਪਰ ਝੋਲੀ ਅੱਡ ਕੇ ਮੰਗਦੇ ਹਾਂ, ਗੁਰੂ ਨਾਨਕ ਨੂੰ ਸਮਾਂ ਦੇ ਦਿਓ। 24 ਘੰਟਿਆਂ ਵਿੱਚੋਂ 2.5 ਘੰਟੇ ਗੁਰੂ ਨਾਨਕ ਨੂੰ ਦੇ ਦਿਓ, ਦਰਗਾਹੀ ਪ੍ਰਸ਼ਾਦ ਲੈ ਜਾਓ, ਰੋਜ਼ 2.5 ਘੰਟੇ ਨਾਮ ਜਪਿਓ। ਬਾਬਾ ਜੀ ਦਾਤਾਂ ਦਿੰਦੇ ਪਏ ਨਾਮ ਦੀਆਂ, ਝੋਲੀਆਂ 'ਚ ਪਵਾੜੋ ਜਿਨ੍ਹਾਂ ਨੇ ਨਾਮ, ਜਿਨ੍ਹਾਂ ਨੂੰ ਪਤਾ ਹੈ ਕਿ ਨਾਮ ਬੜੀ ਵੱਡੀ ਚੀਜ਼ ਹੈ। ਕਿਨਹੀ ਵੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸਪਾਰੀ, ਸੰਤੋ ਵੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਇਹ ਨਾਮ ਦੀਆਂ ਦਾਤਾ, ਧੰਨ ਬਾਬਾ ਆਨੰਦ ਸਿੰਘ ਜੀ ਅਤੇ ਧੰਨ ਬਾਬਾ ਈਸ਼ਰ ਸਿੰਘ ਜੀ ਅਤੇ ਸਾਡੇ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਵੰਡ ਰਹੇ ਨੇ। ਸਾਡੇ ਗੁਰੂ ਪੀਰ ਮਹਾਂਪੁਰਸ਼ ਝੋਲੀਆਂ ਤੁਹਾਡੀਆਂ ਭਰ ਰਹੇ ਨੇ ਦਰਗਾਹੀ ਪ੍ਰਸ਼ਾਦ ਨਾਲ। ਜਿਨ੍ਹਾਂ ਮਹਾਂਪੁਰਖਾਂ ਨੇ ਇੱਥੇ ਉਮਰਾਂ ਲਾਈਆਂ, ਸੇਵਾ ਕੀਤੀਆਂ, ਸੰਗਤਾਂ ਤੋਂ ਨਾਮ ਜਪਾਇਆ, ਅਤੇ ਸਾਰੇ ਹੁਣ ਦਰਗਾਹੀ ਪ੍ਰਸ਼ਾਦ ਜਿਹੜਾ ਹੈ ਉਹ ਹੈਗਾ ਵੀ ਮਹੀਨੇ ਵਿੱਚ ਸਾਧ ਸੰਗਤ ਜੀ ਮਹੀਨੇ ਵਿੱਚ ਇੱਕ ਗੁਰੂ ਸਾਹਿਬ ਦਾ ਪਾਠ ਕਰਨਾ ਹੈ, ਜਾਂ ਤਾਂ ਅਖੰਡ ਪਾਠ ਜਾਂ ਸਹਿਜ ਪਾਠ। ਨਹੀਂ ਹੁੰਦਾ ਤਾਂ ਕਹਿੰਦੇ 50 ਪਾਠ ਸੁਖਮਨੀ ਸਾਹਿਬ ਦੇ ਕਰ ਲਓ, ਪਾਠ ਦਾ ਫਲ ਮਿਲ ਜਾਏਗਾ। 250 ਪਾਠ ਮਹੀਨੇ 'ਚ ਜਪਜੀ ਸਾਹਿਬ ਦਾ ਕਰ ਲਓ, ਫਿਰ ਵੀ ਗੁਰੂ ਸਾਹਿਬ ਦੇ ਪਾਠ ਦਾ ਫਲ ਮਿਲੇਗਾ। ਜਾਂ ਫਿਰ 80 ਮਾਲਾ ਵਾਹਿਗੁਰੂ ਵਾਹਿਗੁਰੂ ਦੀਆਂ ਰੋਜ਼ ਕਰੋ, ਅਤੇ ਜਾਂ 6 ਮਾਲਾ ਪਹਿਲੀ ਪੌੜੀ ਦੀਆਂ, ਜਾਂ ਕੋਈ ਰਾਮ ਰਾਮ ਦੀਆਂ ਜਪੇ। ਮੁਸਲਮਾਨ ਅੱਲਾ ਅੱਲਾ ਦੀਆਂ ਮਾਲਾ ਜਪੇ ਅਤੇ ਗੁਰੂ ਸਾਹਿਬ ਦੇ ਪਾਠ ਦਾ ਫਲ ਮਿਲੇਗਾ। ਸਾਰਿਆਂ ਨੇ ਬਾਹਾਂ ਖੜੀਆਂ ਕਰਕੇ ਬਾਬਾ ਜੀ ਤੋਂ ਦਾਤਾਂ ਮੰਗਣੀਆਂ ਹੈ ਕਿ ਬਾਬਾ ਜੀ ਝੋਲੀਆਂ ਭਰ ਦਿਓ ਸਾਡੀਆਂ, ਨਾਮ ਦੀ ਦਾਤ ਦਿਓ। ਸਭ ਕੁਝ ਮਿਲ ਜਾਂਦਾ ਹੈ ਸੰਸਾਰ 'ਚੋਂ, ਨਾਮ ਤੋਂ ਬਗੈਰ ਬੰਦਾ ਦਰ ਖਾਲੀ ਜਾਂਦਾ ਹੈ। ਸਾਡੀਆਂ ਝੋਲੀਆਂ ਨਾਮ ਨਾਲ ਭਰ ਦਿਓ, ਨਾਮ ਦੀ ਅਸੀਂ ਭਿਖਾਰੀ ਹਾਂ, ਮੰਗਦੇ ਹਾਂ ਤੁਹਾਡੇ ਦਰ 'ਤੇ। ਤੁਹਾਡੀ ਮਿਹਰ ਕਿਰਪਾ ਨਾਲ ਅਸੀਂ 24 ਘੰਟਿਆਂ 'ਚ 2.5 ਘੰਟੇ ਵੀ ਜਾਪੜਾਂਗੇ, ਮਿਹਰ ਕਰੋਗੇ ਤਾਂ ਅਸੀਂ ਹਰ ਵੇਲੇ ਵੀ ਜਾਪੜਾਂਗੇ। ਹੁਣ ਖਾਲੀ ਨਾ ਜਾਈਏ, ਸਾਰੀ ਰਾਤ ਤੁਹਾਡੇ ਦੁਆਰੇ 'ਤੇ ਬੈਠੇ ਭੀਖ ਮੰਗਦੇ ਰਹੇ ਹਾਂ ਕਿ ਬਾਬਾ ਜੀ ਝੋਲੀਆਂ ਭਰ ਦਿਓ।
ਮੰਗਤਿਆਂ ਦੀ ਝੋਲੀ 'ਚ ਖੈਰ ਨਾਮ ਦੀ ਪਾ ਦਿਓ, ਮੰਗਤੇ ਆ ਤੇਰੇ ਝੋਲੀ 'ਚ ਨਾਮ ਦੀ ਖੈਰ ਪਾ ਦਿਓ, ਮੰਗਤਾ ਖਾਲੀ ਨਾ ਜਾਵੇ। ਬਾਬਾ ਆਨੰਦ ਸਿੰਘ ਮਹਾਰਾਜ, ਬਾਬਾ ਈਸ਼ਵਰ ਸਿੰਘ ਜੀ ਆਪਣੀਆਂ ਝੋਲੀਆਂ ਵਿੱਚ ਇਹ ਦਾਤਾਂ ਪਾਉਣ, ਅਤੇ ਦੂਰੋਂ ਨੇੜੇ ਆਈਆਂ ਸੰਗਤਾਂ ਬਾਬਾ ਆਨੰਦ ਸਿੰਘ ਜੀ ਦੀ ਬਰਸੀ ਬਾਰੇ ਸੁਣ ਲਿਆ ਹੈ। ਆਪ ਨੇ ਬਾਬਾ ਲੱਖਾ ਸਿੰਘ ਜੀ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੀਵਨ ਸਾਖੀਆਂ ਸਰਵਣ ਕੀਤੀਆਂ ਹੈ। ਭਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ 11 ਸਾਲ ਦੀ ਉਮਰ 'ਚ ਹੋ ਗਿਆ ਸੀ ਅਤੇ 32 ਸਾਲਾਂ ਬਾਅਦ ਫਿਰ ਬੱਚੇ ਨੇ ਜਨਮ ਲਿਆ ਸੀ। 6ਵੇਂ ਪਾਤਸ਼ਾਹ ਨੇ ਵਿਆਹ ਕੀਤਾ ਸੀ, 32 ਸਾਲ ਜਿਹੜੀ ਗੁਜਰੀ ਘਰ ਵਾਲੀ ਪਤਨੀ ਸੀ ਨਾ, ਨਾਮ ਹੀ ਜਪਦੀ ਰਹੀ। ਗੁਰੂ ਤੇਗ ਬਹਾਦਰ ਸਾਹਿਬ ਵੀ ਨਾਮ ਹੀ ਜਪਦੇ ਰਹੇ। ਦੁਨੀਆ ਦੇ ਵਿਸ਼ੇ ਵਿਕਾਰਾਂ ਦੀ ਭੁੱਖ ਨਹੀਂ ਸੀ। ਮਾਤਾ ਗੁਜਰੀ ਵੀ ਬੰਦਗੀ ਵਾਲੀ ਸੀ ਕਿ ਵਾਹਿਗੁਰੂ ਸਾਨੂੰ ਸਭ ਤੋਂ ਵੱਡੀ ਦਾਤ ਬਖਸ਼ੀ, ਜੇ ਪੁੱਤਰ ਬਖਸ਼ਣਾ ਤਾਂ ਆਪ ਰੱਬ ਤੇਰੇ ਵਰਗਾ ਨਿਰੰਕਾਰ ਵਰਗਾ ਹੋਵੇ, ਜੇ ਪੋਤਰੇ ਦੇਵੀਂ ਉਹ ਵੀ ਦਰਗਾਹੀ ਦਾਤਾ ਹੋਣ, ਦਰਗਾਹੀ ਪੋਤਰੇ ਹੋਣ, ਜੇ ਪਤੀ ਮਿਲਿਆ ਤਾਂ ਰੱਬ ਮਿਲਿਆ, ਜੇ ਸਹੁਰਾ ਮਿਲਿਆ ਗੁਜਰੀ ਨੂੰ ਰੱਬ ਮਿਲਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਿਤਾ ਮਿਲਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਿਲੇ, ਜੇ ਦਾਦਾ ਮਿਲਿਆ ਅਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਮਿਲੇ, ਪੜਦਾਦਾ ਮਿਲਿਆ ਅਤੇ ਉਹ ਵੀ ਭਾਈ ਸਾਧ ਸੰਗਤ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ, ਇਹ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਨੇ ਭੋਰੇ 'ਚ ਵੜ ਕੇ ਬਹੁਤ ਲੰਬਾ ਸਮਾਂ ਭਗਤੀ ਕੀਤੀ ਅਤੇ ਦੁਨਿਆਵੀ ਮੁਹੱਬਤ ਨਹੀਂ ਪਤਨੀ ਦੇ ਨਾਲ, ਉਹ ਵੀ ਸਿਦਕ ਵਾਲੀ ਏ, ਭਰੋਸੇ ਵਾਲੀ ਏ, ਮਾਲਾ ਫੇਰਦੀ ਰਹਿੰਦੀ ਏ, ਪਾਠ ਕਰਦੀ ਰਹਿੰਦੀ ਏ। ਗੁਰੂ ਤੇਗ ਬਹਾਦਰ ਸਾਹਿਬ ਦੀ, ਗੁਰੂ ਤੇਗ ਬਹਾਦਰ ਸਾਹਿਬ ਜੀ ਬ੍ਰਹਿਮ ਅਵਸਥਾ ਦੇ ਵਿੱਚ ਰਹਿੰਦੇ ਨੇ, 32 ਸਾਲਾਂ ਬਾਅਦ ਘਰ ਵਿੱਚ ਪੁੱਤਰ ਹੋਇਆ ਏ, ਉਹ ਹੋਏ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਫਿਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ, ਛੋਟੇ ਵੱਡੇ ਸਾਹਿਬਜ਼ਾਦੇ ਸਾਰੇ ਹੀ, ਜਿਨ੍ਹਾਂ ਨੇ, ਜਿਨ੍ਹਾਂ ਦੇ ਲੋਕ ਦੁਨੀਆ ਦਰਸ਼ਨਾਂ ਨੂੰ ਤਰਸਦੀ ਏ, ਐਸੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਸਾਹਿਬਜ਼ਾਦੇ, ਇਹ ਸਾਰਿਆਂ ਦੇ ਚਰਨਾਂ 'ਚ ਨਮਸਕਾਰ ਏ, ਅਤੇ ਸਾਡੀ ਝੋਲੀ ਵਿੱਚ ਨਾਮ ਦੀ ਖੈਰ ਪਵੇ। ਰੋਜ਼ ਅੰਮ੍ਰਿਤ ਵੇਲੇ ਉੱਠਣਾ ਸਾਧ ਸੰਗਤ ਜੀ, ਵੱਡੀ ਦਾਤ ਏ, ਇਸ ਤੋਂ ਵੱਡਾ ਕੋਈ ਨਹੀਂ। ਜਿਹਨੂੰ ਅੰਮ੍ਰਿਤ ਵੇਲਾ ਮਿਲ ਗਿਆ ਉਹ ਜ਼ਹਿਰ ਤਾਂ ਖਤਮ ਹੋ ਗਈ, ਉਹ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਇਹ ਨਾ ਗਵਾਇਓ। 3 ਵਜੇ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ, ਮਹਾਂਪੁਰਸ਼ਾਂ ਦਾ 12 ਵਜੇ ਸ਼ੁਰੂ ਹੋ ਜਾਂਦਾ ਹੈ, ਆਮ ਸਭ ਦਾ 3 ਵਜੇ ਉੱਠ ਕੇ
ਇਸ਼ਨਾਨ ਕਰਕੇ ਭਗਤੀ 'ਚ ਬਹਿ ਜਾਣਾ ਹੈ ਅਤੇ 6 ਵਜੇ ਤੱਕ ਅੰਮ੍ਰਿਤ ਵੇਲਾ ਇਹ 2.5 ਘੰਟੇ ਗੁਰੂ ਸਾਹਿਬ ਦੇ ਚਰਨਾਂ 'ਚ ਗੁਜ਼ਾਰਿਓ। ਫਿਰ ਫਲ ਜਿਹੜੇ ਲੱਗਣਗੇ ਨਾ, ਜਿਹੜੇ ਫਲ ਲੱਗਣਗੇ ਉਹ ਬਹੁਤ ਕੀਮਤੀ ਫਲ ਹੋਣਗੇ। ਪੁੱਤਰ ਮਿਲਣਗੇ, ਪੋਤਰੇ ਮਿਲਣਗੇ, ਕਾਰੋਬਾਰ ਮਿਲਣਗੇ, ਸਾਰਾ ਭਗਤੀ ਦਾ ਫਲ ਹੋਏਗਾ। ਜਿਹੜੇ ਨਹੀਂ ਭਗਤੀ ਕਰਦੇ ਉਹਨਾਂ ਦੇ ਫਲ ਕੌੜੇ ਹੋ ਜਾਂਦੇ ਆ, ਖੱਟੇ ਹੋ ਜਾਂਦੇ ਆ, ਖਰਾਬ ਹੋ ਜਾਂਦੇ ਆ। ਫਲ ਨੇ ਪੁੱਤਰ, ਫਲ ਨੇ ਪੋਤਰੇ, ਫਲ ਨੇ ਧੀਆਂ, ਫਲੇ ਭਗਤੀ ਦੀਆਂ ਨੂੰਹਾਂ, ਫਲੇ ਸਾਡੇ ਕੋਠੀਆਂ ਕਾਰੋਬਾਰ। ਇਹ ਫਲੇ ਜਿਹੜੇ ਚੰਗੇ ਮਿੱਤਰ ਮਿਲ ਜਾਣੇ, ਚੰਗੇ ਪੋਤਰੇ ਦੋਸਤ ਮਿਲ ਜਾਣੇ, ਇਹ ਸਾਰਾ ਫਲ ਹੈ ਭਗਤੀ ਦਾ। ਅਤੇ ਫਲ ਭਗਤੀ ਨੂੰ ਹੀ ਲੱਗਣਾ ਹੈ। ਦਰਗਾਹੀ ਪ੍ਰਸ਼ਾਦ ਧੰਨ ਬਾਬਾ ਆਨੰਦ ਸਿੰਘ ਜੀ ਦੀ ਬਰਸੀ ਆ ਰਹੀ ਹੈ, ਉਹਨਾਂ ਨੇ ਦੀ ਬਰਸੀ ਦੇ ਸਾਰੇ ਸੁਖਮਣੀ ਦੇ ਜਪ ਜੀ ਦੇ ਮਾਲਾ ਕਰ ਕਰਕੇ ਲਿਆ ਦਿਓ। ਬਾਬਾ ਜੀ ਨੂੰ ਖੁਸ਼ੀਆਂ ਲੈ ਲਵੋ, ਉਹ ਨਹੀਂ ਟੋਕਰੀਆਂ 'ਤੇ ਖੁਸ਼ ਹੁੰਦੇ ਪ੍ਰਸ਼ਾਦ ਦੀਆਂ, ਅਤੇ ਉਹ ਲੱਡੂਆਂ ਪੇੜਿਆਂ 'ਤੇ ਨਹੀਂ ਖੁਸ਼ ਹੁੰਦੇ, ਮਾਇਆ 'ਤੇ ਨਹੀਂ ਖੁਸ਼ ਹੁੰਦੇ। ਉਹ ਖੁਸ਼ ਹੁੰਦੇ ਆ ਜਿਹੜੇ ਗੁਰਸਿੱਖ ਨਾਮ ਜਪ ਕੇ ਲੈ ਕੇ ਆਉਣ, ਨਾਮ ਦਾ ਵਪਾਰ ਕਰੋ। ਬਾਬਾ ਜੀ ਬਹੁਤ ਖੁਸ਼ੀਆਂ ਦਿੰਦੇ ਆ। ਬਾਬਾ ਜੀ ਇੰਨੇ ਪਾਠ ਕਰਾਏ ਆ, ਇੰਨੇ ਸੰਗਤਾਂ ਨੇ ਕੀਤੇ ਆ, ਇੰਨੇ ਅਸੀਂ ਕੀਤੇ ਆ। ਇੱਥੇ ਹੁਣ 15 ਦਿਨ ਪੂਰੇ ਪਾਠ ਚੱਲਣੇ ਆ ਨਾਨਕ ਸਾਰਾ ਬਾਬਾ ਵਧਾਵਾ ਸਿੰਘ ਵਿੱਦਿਆ ਕੇਂਦਰ 'ਚ, ਸਾਰਾ ਦਿਨ ਸੁਖਮਣੀ ਦੇ ਪਾਠ। ਇੱਕ ਸੰਗਤ ਉੱਠਦੀ ਹੈ, ਦੂਸਰੀ ਬਹਿ ਜਾਂਦੀ ਹੈ, ਦੂਸਰੀ ਤੋਂ ਬਾਅਦ ਤੀਸਰੀ। 15-20 ਦਿਨ ਕੱਢ ਕੇ ਨਾਨਕ ਸਰ ਆਓ ਅਤੇ ਆਣ ਕੇ ਪਾਠਾਂ 'ਚ ਸ਼ਾਮਿਲ ਹੋ ਜਾਓ। ਸੰਗਤਾਂ ਪਾਠ ਕਰ ਰਹੀਆਂ ਸੁਖਮਣੀ ਸਾਹਿਬ ਦੇ ਲੜੀਆਂ ਅਨੁਸਾਰ।